ਸਾਡੇ ਕੋਲ ਇੱਕ ਮੈਡੀਸਨ ਅਸੀਂ ਬਣਾਈ ਜਿਹੜੀ ਰਾਮਬਾਣ ਔਸ਼ਧੀ ਹੈ ਸਾਡੀ, ਉਹ ਪੇਟ ਦੀ 80 ਬਿਮਾਰੀਆਂ ਦਾ ਇਲਾਜ ਕਰਦੀ ਹੈ, ਜਿਵੇਂ ਬਲੱਡ ਸ਼ੂਗਰ ਹੋ ਜਾਂਦੀ ਹੈ, ਬੀ ਪੀ ਵੱਧਦਾ ਹੋਵੇ, ਕੈਸਟਰੋਲ ਹੋਵੇ, ਯੂਰਿਕ ਐਸਿਡ ਹੋਵੇ, ਬਵਾਸੀਰ ਦੀ ਪ੍ਰੋਬਲਮ ਹੋਵੇ, ਪੇਟ ਦੀ ਕੋਈ ਵੀ ਇਨਫੈਕਸ਼ਨ ਹੋਵੇ, ਉਹਨੂੰ ਉਹਨੇ ਠੀਕ ਕਰਨਾ ਵਾ। ਆਲਮੋਸਟ 80% ਬੰਦਿਆਂ ਨੂੰ ਨਹੀਂ ਦਵਾਈ ਦਿੰਦੇ ਅਸੀਂ, 20% ਜਿਹਨਾਂ ਨੂੰ ਲੋੜ ਪੈਂਦੀ ਉਹਨਾਂ ਨੂੰ ਦਵਾਈ ਦੇਈ ਦੀ ਹੈ। ਇੱਕ ਐਲਰਜਿਕ ਪਾਊਡਰ ਦੇਈ ਦਾ, ਕਿਸੇ ਨੂੰ ਕਿਸੇ ਕਿਸਮ ਦੀ ਵੀ ਐਲਰਜੀ ਹੋਵੇ, ਮੀਟ ਤੋਂ ਹੋਵੇ, ਮਿਲਕ ਤੋਂ ਹੋਵੇ, ਧੂੰਏ ਤੋਂ ਹੋਵੇ, ਓਇਲ ਤੋਂ ਹੋਵੇ, ਉਹ ਅਸੀਂ 150-200 ਰੁਪਏ ਦੀ ਦਵਾਈ ਦੇਈ ਦੀ ਹੈ ਉਹ ਸਰ। ਸ਼ੁਰੂਆਤ ਕਿਵੇਂ ਹੋਈ, ਤੁਸੀਂ ਕਿਸੇ ਤੋਂ ਸਿੱਖਿਆ ਸੀ ਇਹ ਸਭ ਕੁਝ, ਦਵਾਈਆਂ ਬਣਾਉਣੀਆਂ ਸਿੱਖੀਆਂ ਸੀ? ਬਿਲਕੁਲ ਜੀ, ਵੈਦ ਜੋਗਿੰਦਰ ਸਿੰਘ ਜੀ ਸੀ ਜੀ ਪੌਂਟਾ ਸਾਹਿਬ ਵਾਲੇ, ਉਹਨਾਂ ਤੋਂ, ਉਹਨਾਂ ਨੇ ਮੈਨੂੰ ਅੱਜ ਤੋਂ 18 ਸਾਲ ਪਹਿਲਾਂ ਕਹਿ ਦਿੱਤਾ ਸੀ ਵੀ ਗੁੜ ਦੇਣਾ ਤੈਨੂੰ ਦੇਣਾ, ਨਹੀਂ ਤਾਂ ਕਿਸੇ ਨੂੰ ਨਹੀਂ ਦੇਣਾ। ਸੁਣਿਆ ਕੋਈ ਤੁਸੀਂ ਫ੍ਰੀ ਦੇ ਵਿੱਚ ਵੀ ਦਵਾਈਆਂ ਦਿੰਦੇ, ਉਹ ਕਿਹੜੀਆਂ ਨੇ? ਅੱਖਾਂ ਦੀ, ਬਵਾਸੀਰ ਦੀ, ਪੀਲੀਏ ਦੀ ਅਤੇ ਕੰਨਾਂ ਦੀ, ਇਹ ਦਵਾਈ ਅਸੀਂ ਫ੍ਰੀ ਸੇਵਾ ਕਰੀ ਦੀ ਹੈ ਜੀ। ਡਾਕਟਰ ਅੱਜ ਕੱਲ੍ਹ ਕਹਿ ਦਿੰਦੇ ਰੈਡੀ ਦੌੜਦਾ ਆ ਵੀ ਤੁਹਾਡਾ ਜੀ ਓਪਰੇਸ਼ਨ ਹੋਏਗਾ, ਸਾਡੇ ਕੋਲ 4 ਦਿਨ ਬੰਦਾ ਉਹੀ ਵਿਜ਼ਿਟ ਕਰੇਗਾ, ਉਹਨੂੰ ਓਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਵੇਗੀ। ਡਾਕਟਰ ਨੇ ਇਲਾਜ ਕਰਾ ਕੇ ਮੇਰਾ ਗੋਡੇ ਦੀ 4 ਓਪਰੇਸ਼ਨ ਹੋਏ ਨੇ ਜੀ, ਮੇਰਾ ਗੋਡਾ ਖਰਾਬ ਕਰਤਾ, ਇਨਫੈਕਸ਼ਨ ਆ ਗਿਆ ਸੀ, ਮੈਂ ਆਰਮੀ ਅਫਸਰ ਹਾਂ, ਮੇਰੇ ਗੋਡਿਆਂ 'ਚ ਦਰਦ ਰਹਿੰਦਾ ਸੀ, ਇਹਨਾਂ ਨੇ ਬੜੀ ਮਿਹਨਤ ਨਾਲ ਮਾਲਿਸ਼ ਕਰਕੇ, ਮਸਾਜ ਕਰਕੇ, ਅਤੇ ਦੂਜਾ ਕੀ ਕਹਿੰਦੇ ਨੇ ਅਕੂਪ੍ਰੈਸ਼ਰ ਕਰਕੇ ਇਹਨਾਂ ਨੇ ਮੇਰੇ ਗੋਡੇ ਥੋੜ੍ਹੇ ਠੀਕ ਕੀਤੇ। ਮੈਨੂੰ ਸਰਵਾਈਕਲ ਹੋ ਗਈ ਸੀ, ਮੈਂ 2-3 ਡਾਕਟਰਸ ਨੂੰ ਦਿਖਾਇਆ ਅਤੇ ਸਪੈਸ਼ਲਿਸਟ ਨੂੰ ਵੀ ਦਿਖਾਇਆ ਅਤੇ ਉਹਨਾਂ ਨੇ ਕਿਹਾ ਕਿ ਸਰਵਾਈਕਲ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਉਹਦੇ ਨਾਲ ਕੀ ਹੋਇਆ, ਮੇਰੀ ਨੈੱਕ ਜਾਮ ਹੋ ਗਈ ਸੀ ਔਰ ਮੈਨੂੰ ਕਾਲਰ ਲੱਗਾ ਹੋਇਆ ਸੀ। ਮੈਂ 3 ਪਿੱਲੋ ਰੱਖ ਕੇ ਬੈੱਡ ਦੀ ਢੋਅ 'ਤੇ 3 ਪਿੱਲੋ ਰੱਖ ਕੇ ਸਾਰੀ ਰਾਤ ਇੱਦਾਂ ਕਰਕੇ ਸੌਂਦੀ ਸੀ। ਫਿਰ ਮੇਰੇ ਘਰਦੇ ਵੀ ਪਰੇਸ਼ਾਨ ਹੁੰਦੇ ਸੀ ਕਿ ਜ਼ਿਆਦਾ ਹੀ ਪਰੇਸ਼ਾਨ ਹੈਗੀ, ਪਰ ਕੋਈ ਹੱਲ ਨਹੀਂ ਸੀ ਨਿਕਲ ਰਿਹਾ। ਜਿੰਨੀ ਦੇਰ ਦਵਾਈ ਖਾਂਦੀ ਸੀ ਠੀਕ ਆ, ਉਸ ਤੋਂ ਬਾਅਦ ਫਿਰ ਉਹੀ ਹਾਲ। ਬਟ ਉਹ ਦਿਨ ਹੈ ਕਿ ਮੈਂ 15 ਦਿਨ ਲਗਾਤਾਰ ਆਈ ਹਾਂ, ਸਿਵਾਏ ਸੰਡੇ ਤੋਂ ਮੈਂ ਕੋਈ ਛੁੱਟੀ ਨਹੀਂ ਕੀਤੀ ਔਰ ਮੈਂ 15ਵੇਂ ਇੱਦਾਂ ਦਿਨ ਇੱਦਾਂ ਸੀ। ਮੈਂ ਇਹਨਾਂ ਨੂੰ ਪੁੱਛਿਆ ਹੁਣ ਮੈਨੂੰ ਆਉਣ ਦੀ ਲੋੜ ਹੈ ਅਤੇ ਇਹ ਮੈਨੂੰ ਕਹਿੰਦੇ ਸੀ ਕਿ ਤੈਨੂੰ ਲੱਗਦਾ, ਮੈਂ ਕਿਹਾ ਨਹੀਂ, ਅਤੇ ਕਹਿੰਦੇ ਫਿਰ ਤੂੰ ਠੀਕ ਹੈ ਜਾ, ਹੁਣ ਤੂੰ ਠੀਕ ਹੈਗੀ ਹੈ। ਦ ਸਮਨ ਨਿਊਜ਼ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਮੈਂ ਦੀਪਕ ਤਿਆਲ ਸਵਾਗਤ ਕਰਦਾ। ਕਈ ਵਾਰ ਡਾਕਟਰਾਂ ਦੇ ਵੱਲੋਂ ਇਲਾਜ ਕਰਵਾਉਣ ਤੋਂ ਬਾਅਦ ਵੀ ਮਰੀਜ਼ਾਂ ਨੂੰ ਫਰਕ ਨਹੀਂ ਪੈਂਦਾ ਅਤੇ ਉਹਨਾਂ ਵੱਲੋਂ ਡਾਕਟਰਾਂ ਵੱਲੋਂ ਕਈ ਵਾਰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਇਹ ਜਿਹੜੀ ਦਵਾਈ ਹੈ ਤੁਹਾਨੂੰ ਸਾਰੀ ਜ਼ਿੰਦਗੀ ਭਰ ਖਾਣੀ ਪਏਗੀ, ਅਤੇ ਕਈ ਵਾਰ ਕਈ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜੋ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਇਹ ਵੀ ਤੁਹਾਨੂੰ ਜ਼ਿੰਦਗੀ ਭਰ ਲਗਾਉਣੀਆਂ ਪੈਣਗੀਆਂ, ਪਰ ਫਰਕ ਨਹੀਂ ਪੈਂਦਾ। ਸੋ ਅੱਜ ਤੁਹਾਨੂੰ ਇੱਕ ਵੀਰ ਜੀ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿੱਥੇ ਹਰੇਕ ਬਿਮਾਰੀ ਦਾ ਜਿਹੜਾ ਹੈ ਉਹਨਾਂ ਦਾ ਇਲਾਜ ਹੋ ਜਾਂਦਾ ਹੈ ਅਤੇ ਜੇ ਕੋਈ ਦਵਾਈ ਵੀ ਹੈ ਤਾਂ ਉਹ ਵੀ ਛੁੱਟ ਜਾਂਦੀ ਹੈ। ਸੋ ਗੁਰੂ ਨਾਨਕ ਦਵਾਖਾਨਾ ਦੇ ਵਿੱਚ ਅਸੀਂ ਮੌਜੂਦ ਹਾਂ, ਸਾਡੇ ਨਾਲ ਮਲਕੀਤ ਸਿੰਘ ਜੀ ਮੌਜੂਦ ਨੇ। ਕਿਹੜੀਆਂ ਕਿਹੜੀਆਂ ਦਵਾਈਆਂ ਦਿੰਦੇ ਨੇ ਅਤੇ ਕੀ ਚਾਰਜਿਸ ਲੈਂਦੇ ਨੇ, ਸਾਰੀ ਗੱਲਬਾਤ ਕਰਦੇ ਹਾਂ। ਸਰ ਸਵਾਗਤ ਹੈ ਤੁਹਾਡਾ ਦਾ ਸਮਰ ਨਿਊਜ਼ 'ਤੇ। ਸਤਿ ਸ਼੍ਰੀ ਅਕਾਲ ਜੀ। ਸਰ ਅਸੀਂ ਸੁਣਿਆ ਕਿ ਡਾਕਟਰਾਂ ਵੱਲੋਂ ਜੇਕਰ ਕਹਿ ਵੀ ਦਿੱਤਾ ਜਾਵੇ ਕਿ ਕੋਈ ਦਵਾਈ ਹੈ ਜਾਂ ਫਿਰ ਕੋਈ ਸਰਵਾਈਕਲ ਦੀ ਪ੍ਰੋਬਲਮ ਹੈ, ਤੁਹਾਡਾ ਪਟਾ ਨਹੀਂ ਉਤਰਨਾ, ਉਹ ਵੀ ਤੁਸੀਂ ਜਿਹੜਾ ਦਵਾਈਆਂ ਦੇ ਨਾਲ ਜਾਂ ਫਿਰ ਫਿਜ਼ੀਓਥੈਰੇਪੀ ਦੇ ਨਾਲ ਉਤਾਰ ਦਿੰਦੇ ਹੋ? ਬਿਲਕੁਲ ਜੀ, ਬਿਲਕੁਲ, ਅਸੀਂ ਪੁਆਇੰਟ ਮਸਾਜ ਦੇ ਨਾਲ ਇਲਾਜ ਕਰਦੇ ਹਾਂ ਜੀ। ਦਵਾਈ ਵੀ ਅਸੀਂ ਉਸ ਬੰਦੇ ਨੂੰ ਦਿੰਦੇ ਹਾਂ ਜਿਹਨੂੰ ਜ਼ਰੂਰਤ ਹੋਵੇ, ਜਲਦੀ ਕਰਕੇ ਅਸੀਂ ਦਵਾਈ ਦੇ ਕੇ ਉਹ ਨਹੀਂ ਕਰਦੇ ਹਾਂ ਜੀ। ਕਿਹੜੀ ਕਿਹੜੀ ਬਿਮਾਰੀਆਂ ਦੀ ਦਵਾਈ ਦਿੱਤੀ ਜਾਂਦੀ ਹੈ? ਪੇਟ ਦੀ ਕੋਈ ਵੀ ਬਿਮਾਰੀ ਹੋਵੇ, ਸਾਡੇ ਕੋਲ ਇੱਕ ਮੈਡੀਸਨ ਅਸੀਂ ਬਣਾਈ ਜਿਹੜੀ ਰਾਮਬਾਣ ਔਸ਼ਧੀ ਹੈ ਸਾਡੀ, ਉਹ ਪੇਟ ਦੀ 80 ਬਿਮਾਰੀਆਂ ਦਾ ਇਲਾਜ ਕਰਦੀ ਹੈ, ਜਿਵੇਂ ਬਲੱਡ ਸ਼ੂਗਰ ਹੋ ਜਾਂਦੀ ਹੈ, ਬੀ ਪੀ ਵੱਧਦਾ ਹੋਵੇ, ਕੈਸਟਰੋਲ ਹੋਵੇ, ਯੂਰਿਕ ਐਸਿਡ ਹੋਵੇ, ਬਵਾਸੀਰ ਦੀ ਪ੍ਰੋਬਲਮ ਹੋਵੇ, ਪੇਟ ਦੀ ਕੋਈ ਵੀ ਇਨਫੈਕਸ਼ਨ ਹੋਵੇ, ਉਹਨੂੰ ਉਹਨੇ ਠੀਕ ਕਰਨਾ ਵਾ। ਕਿੰਨੇ ਸਮੇਂ ਲਈ ਆਉਣਾ ਪੈਂਦਾ ਮਰੀਜ਼ ਨੂੰ ਇੱਥੇ ਅਤੇ ਕਿਹੜੀ ਕਿਹੜੀ ਦਵਾਈ ਜਿਹੜੀ ਉਹਨੂੰ ਤੁਸੀਂ ਦਿੰਦੇ ਹੋ? ਕੀ ਦਵਾਈ, ਮਤਲਬ ਦਵਾਈ ਦੇਣੀ ਪਏਗੀ ਜਾਂ ਫਿਰ ਬਿਨਾਂ ਦਵਾਈ ਦੇ ਵੀ ਇਲਾਜ ਹੋ ਸਕਦਾ ਉਹਨਾਂ ਦਾ? ਆਲਮੋਸਟ 80% ਬੰਦਿਆਂ ਨੂੰ ਨਹੀਂ ਦਵਾਈ ਦਿੰਦੇ ਅਸੀਂ, 20% ਜਿਹਨਾਂ ਨੂੰ ਲੋੜ ਪੈਂਦੀ ਉਹਨਾਂ ਨੂੰ ਦਵਾਈ ਦੇਈ ਦੀ ਹੈ। ਹੁਣ ਜਿਸ ਤਰ੍ਹਾਂ ਕਿਸੇ ਨੂੰ ਐਸਿਡਿਟੀ ਬਹੁਤ ਬਣਦੀ ਹੈ, ਸਵੇਰੇ DSR ਦਾ ਕੈਪਸੂਲ ਲੈਂਦੇ ਨੇ, ਅਸੀਂ ਇੱਕ ਲੈਮਨ ਟੀ ਦੇਈ ਦੀ ਹੈ ਆਪਣੀ, ਉਹ ਅਗਰ 3 ਡੱਬੀਆਂ ਅਗਲੇ ਨੇ 3 ਮਹੀਨੇ ਪੀ ਲੀਆਂ ਤਾਂ ਉਹਨੂੰ ਦੁਬਾਰਾ ਲੋੜ ਹੀ ਨਹੀਂ ਪਏਗੀ, ਐਸਿਡਿਟੀ ਨਹੀਂ ਬਣੇਗੀ, ਗੈਸ ਨਹੀਂ ਬਣੇਗੀ, ਅੰਦਰ ਜਿੰਨਾ ਵੀ ਰੇਸ਼ਾ ਸਾਰਾ ਮੈਲਟ ਹੋ ਜਾਏਗਾ ਉਹਦੇ ਨਾਲ,
ਜਿਹੜੀ ਰਾਤ ਵਾਲੀ ਚੀਜ਼ ਦੇ ਦਿੰਦੇ ਹਾਂ ਉਹਦੇ ਨਾਲ ਤੁਹਾਡਾ ਸਾਰਾ ਅੰਤੜੀਆਂ ਸਾਫ਼ ਹੋ ਜਾਣੀਆਂ ਨੇ, ਅੰਤੜੀਆਂ ਸਾਫ਼ ਹੋ ਗਈਆਂ ਤੁਹਾਡੀਆਂ ਦੀਆਂ ਬੋਰੀਆਂ ਠੀਕ ਹੋ ਗਈਆਂ ਜੀ। ਸਰ ਦਵਾਈਆਂ ਦੇ ਚਾਰਜਿਸ ਕੀ ਲੈਂਦੇ ਹੋ? ਸਾਰੀਆਂ ਦਵਾਈਆਂ ਚਾਰਜਿਸ ਵੀ ਤਾਂ ਹੁੰਦੇ ਹੋਣਗੇ, ਕੀ ਚਾਰਜਿਸ ਨੇ? ਜਿਹੜੀ ਅਸੀਂ ਰਾਤ ਵਾਲੀ ਦਵਾਈ ਦਿੰਦੇ ਹਾਂ 300 ਰੁਪਏ ਮਹੀਨੇ ਦੀ ਦਵਾਈ ਦੇਈਦੀ ਹੈ ਜੀ। ਜਿਹੜੀ ਲੈਮਨ ਟੀ ਦੇਈਦੀ ਹੈ ਉਹ 150 ਰੁਪਏ ਦੇਈਦੀ ਹੈ ਜੀ। ਇੱਕ ਐਲਰਜੀਕ ਪਾਊਡਰ ਦੇਈਦਾ ਜੀ, ਕਿਸੇ ਨੂੰ ਕਿਸੇ ਕਿਸਮ ਦੀ ਵੀ ਐਲਰਜੀ ਹੋਵੇ, ਮੀਟ ਤੋਂ ਹੋਵੇ, ਮਿਲਕ ਤੋਂ ਹੋਵੇ, ਧੂੰਏ ਤੋਂ ਹੋਵੇ, ਓਇਲ ਤੋਂ ਹੋਵੇ, ਉਹ ਅਸੀਂ 150-200 ਰੁਪਏ ਦੀ ਦਵਾਈ ਦੇਈਦੀ ਹੈ ਉਹ ਸਰ। ਉਹ 3 ਡੱਬੀਆਂ ਖਾ ਲਓ ਕਿਸੇ ਕਿਸਮ। ਸਾਡੇ ਕੋਲ ਪਿੱਛੇ ਇੱਕ ਦੇਹਰਾਦੂਨ ਤੋਂ ਪੇਸ਼ੈਂਟ ਆਇਆ ਸੀ, ਉਹਨਾਂ ਨੂੰ ਲੀਚੀ ਤੋਂ ਐਲਰਜੀ ਹੁੰਦੀ ਸੀ ਬਹੁਤ। ਉਹ ਕਹਿੰਦਾ ਮੈਂ ਦਵਾਈਆਂ ਖਾਣ ਲੈ ਕੇ ਹੰਭ ਚੁੱਕਿਆ ਵਾਂ, ਉਹ 3 ਡੱਬੀਆਂ ਖਾਧੀਆਂ, ਕਹਿੰਦਾ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਜੀ, ਮੈਂ ਚੰਗਾ ਭਲਾ ਹੁਣ ਜੀ। ਸਰ ਕਿੰਨੇ ਸਮੇਂ ਤੋਂ ਇਹ ਸੇਵਾ ਕਰ ਰਹੇ ਹੋ? 4 ਸਾਲ ਹੋ ਗਏ ਜੀ ਇਸ ਚੀਜ਼ ਨੂੰ, ਬਾਕੀ 3 ਸਾਲ ਅਸੀਂ ਜਿੱਥੇ ਹੁਣ ਇਸ ਟਾਈਮ ਬੈਠੇ ਹਾਂ 35011 MIG ਦੁਗਰੀ ਫਰੈਡ, ਇੱਥੇ ਸਾਨੂੰ 3 ਸਾਲ ਹੋ ਗਏ ਜੀ। ਅਤੇ ਬਾਬਾ ਜੀ ਦੀ ਕਿਰਪਾ ਨਾਲ ਸਾਨੂੰ ਹੀ ਸੇਵਾ ਇਹੀ ਰਹਿੰਦੀ ਹੈ ਵੀ ਅਸੀਂ ਸੇਵਾ ਕਰਕੇ ਹੀ ਆਪਾਂ ਬੰਦੇ ਨੂੰ ਮਰੀਜ਼ ਨੂੰ ਠੀਕ ਕਰੀਏ। ਸ਼ੁਰੂਆਤ ਕਿਵੇਂ ਹੋਈ? ਤੁਸੀਂ ਕਿਸੇ ਤੋਂ ਸਿੱਖਿਆ ਸੀ ਇਹ ਸਭ ਕੁਛ, ਦਵਾਈਆਂ ਬਣਾਉਣੀਆਂ ਸਿੱਖੀਆਂ ਸੀ? ਬਿਲਕੁਲ ਜੀ, ਵੈਦ ਜੋਗਿੰਦਰ ਸਿੰਘ ਜੀ ਸੀ ਪੌਂਟਾ ਸਾਹਿਬ ਵਾਲੇ, ਉਹਨਾਂ ਤੋਂ। ਉਹਨਾਂ ਨੇ ਮੈਨੂੰ ਅੱਜ ਤੋਂ 18 ਸਾਲ ਪਹਿਲਾਂ ਕਹਿ ਦਿੱਤਾ ਸੀ ਵੀ ਗੁੜ ਦੇਣਾ ਤੈਨੂੰ ਦੇਣਾ, ਨਹੀਂ ਤਾਂ ਕਿਸੇ ਨੂੰ ਨਹੀਂ ਦੇਣਾ। ਇਹ ਉਹਨਾਂ ਨੇ ਗੁੜ ਦਿੱਤਾ ਜਦੋਂ ਲੋਕਡਾਊਨ ਆਇਆ, ਲੋਕਡਾਊਨ 'ਚ ਆਪਾਂ ਕੰਮ ਸਿੱਖ ਕੇ ਇਹ ਲੈਣ ਦੇ ਉੱਤੇ ਆਏ ਆਪਾਂ। ਮੈਂ ਸੁਣਿਆ ਕੋਈ ਤੁਸੀਂ ਫ੍ਰੀ ਦੇ ਵਿੱਚ ਵੀ ਦਵਾਈਆਂ ਦਿੰਦੇ, ਉਹ ਕਿਹੜੀਆਂ ਨੇ? ਅੱਖਾਂ ਦੀ, ਬਵਾਸੀਰ ਦੀ, ਪੀਲੀਏ ਦੀ ਅਤੇ ਕੰਨਾਂ ਦੀ, ਇਹ ਦਵਾਈ ਅਸੀਂ ਫ੍ਰੀ ਸੇਵਾ ਕਰੀਦੀ ਹੈ ਜੀ। ਅਸੀਂ ਗੁਰਦੁਆਰਾ ਸਾਹਿਬ ਜੇਕਰ ਕੈਂਪ ਲਾਉਂਦੇ ਹਾਂ ਉੱਥੇ ਅਸੀਂ ਪੁਆਇੰਟ ਮਸਾਜ ਵੀ ਫ੍ਰੀ ਕਰਦੇ ਹਾਂ। ਜੇ ਕਿਸੇ ਨੇ ਗੁਰਦੁਆਰਾ ਸਾਹਿਬ ਕੈਂਪ ਲਵਾਉਣਾ ਹੋਵੇ, ਕਹਿ ਦਿੰਦਾ ਵੀ ਸਾਨੂੰ ਕੈਂਪ ਲਾਉਣਾ, ਸਾਨੂੰ 25-30-40 ਪੇਸ਼ੈਂਟ ਦੇਣ ਉਹ, ਅਤੇ ਅਸੀਂ ਚਲੇ ਜਾਈਦਾ। ਉੱਥੇ ਅਸੀਂ ਸਿਰਫ ਮੈਡੀਸਿਨ ਦੇ ਪੈਸੇ ਲਈਦੇ ਨੇ, ਪੁਆਇੰਟ ਮਸਾਜ ਦੇ ਪੈਸੇ ਨਹੀਂ ਲੈਂਦੇ। ਪੁਆਇੰਟ ਮਸਾਜ ਕਿਵੇਂ ਕਰਦੇ ਹੋ ਅਤੇ ਕਿਹੜੇ ਕਿਹੜੀ ਬਿਮਾਰੀਆਂ ਦੇ ਕਰਦੇ ਹੋ? ਜਿਸ ਤਰ੍ਹਾਂ ਗੋਡੇ ਦਾ, ਮੋਢੇ ਦਾ, ਸਰਵਾਈਕਲ ਦਾ, ਜਾਂ ਕੋਈ ਹੋਰ ਵੀ ਕੋਈ ਪ੍ਰੋਬਲਮ ਹੋਵੇ, ਬੈਕ ਪੇਨ ਆ ਗਈ, ਥਾਈ 'ਚ ਆ ਗਈ, ਨੀਚ ਆ ਗਈ, ਥੱਲੇ ਅੱਡੀਆਂ ਦਾ ਦੁਖਣਾ ਹੋ ਗਿਆ। ਡਾਕਟਰ ਅੱਜ ਕੱਲ੍ਹ ਕਹਿੰਦੇ ਨੇ ਅੱਡੀ ਦਰਦ ਆ ਵੀ ਤੁਹਾਡਾ ਜੀ ਓਪਰੇਸ਼ਨ ਹੋਏਗਾ, ਸਾਡੇ ਕੋਲ 4 ਦਿਨ ਬੰਦਾ ਉਹੀ ਵਿਜ਼ਿਟ ਕਰੇਗਾ, ਉਹਨੂੰ ਓਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਏਗੀ। ਕੁਝ ਲੋਕਾਂ ਨੂੰ ਮਾਈਗ੍ਰੇਨ ਦੀ ਵੀ ਪ੍ਰੋਬਲਮ ਹੁੰਦੀ, ਸਿਰ ਦੇ ਵਿੱਚ ਦਰਦ ਰਹਿੰਦੀ, ਉਸਦਾ ਵੀ ਇਲਾਜ ਕਰ ਦਿੰਦੇ ਹੋ ਤੁਸੀਂ? ਕਰਦੇ ਜੀ, ਮਾਈਗ੍ਰੇਨ ਦਾ 3-4 ਦਿਨ ਸਾਡੇ ਤੋਂ ਪੁਆਇੰਟ ਕਰਾਓ ਜੀ, ਉਹਨਾਂ ਦੇ ਸਿਰ ਦੇ ਵਿੱਚ ਦਰਦ ਦੁਬਾਰਾ ਨਹੀਂ ਆਏਗਾ ਜੀ। ਪੁਆਇੰਟ ਮਸਾਜ ਕੀਤੀ ਜਾਂਦੀ ਹੈ, ਮੈਂ ਵੀ ਤੁਹਾਡੇ ਤੋਂ ਅੱਜ ਤੋਂ 1.5 ਮਹੀਨਾ ਪਹਿਲਾਂ ਮਸਾਜ ਕਰਵਾ ਕੇ ਗਿਆ ਸੀ, ਮੇਰੇ ਵੀ ਸਿਰ ਦੇ ਵਿੱਚ ਦਰਦ ਰਹਿੰਦੀ ਸੀ। ਮੈਂ ਦੇਖਿਆ, ਮੈਂ ਕਿਹਾ ਚਲੋ 1-1.5 ਮਹੀਨਾ ਵੇਟ ਕਰਦੇ ਹਾਂ, ਉਸ ਤੋਂ ਬਾਅਦ ਜਦੋਂ ਫਰਕ ਨਹੀਂ ਪਏਗਾ ਤਾਂ ਤੁਹਾਡੀ ਜਿਹੜੀ ਇਹ ਸਟੋਰੀ ਵੀ ਕੀਤੀ ਜਾਏਗੀ। ਫਰਕ ਕਾਫੀ ਹੈ, 3-4 ਵਾਰ ਦੇ ਵਿੱਚ ਹੀ ਤੁਸੀਂ ਜਿਹੜਾ ਫਰਕ ਪਾ ਦਿੰਦੇ ਹੋ। ਸੋ ਉਹਦੇ ਲਈ ਜੇਕਰ ਕਿਸੇ ਨੂੰ ਵੱਧ ਪ੍ਰੋਬਲਮ ਹੈ ਤਾਂ ਉਸਦੇ ਲਈ ਵੱਧ ਟਾਈਮ ਵੀ ਲੱਗਦਾ? ਥੋੜ੍ਹਾ ਵੱਧ ਟਾਈਮ ਲੱਗ ਜਾਂਦਾ, ਕਈਆਂ ਨੂੰ 5-7 ਦਿਨ ਲੱਗ ਜਾਂਦੇ ਨੇ ਜੀ। ਵੈਸੇ 3 ਦਿਨ ਹੀ ਲਾਉਂਦੇ ਆ, ਕਈਆਂ ਨੂੰ 5-7 ਦਿਨ ਲੱਗ ਜਾਂਦਾ, ਕਈ ਵਾਰੀ ਨਾ ਬਹੁਤ ਜ਼ਿਆਦਾ ਬਲੋਕੇਜ ਹੋਈ ਹੁੰਦੀ ਹੈ, ਉਹ ਸਾਨੂੰ ਪੁਆਇੰਟ ਖੋਲ੍ਹਣੇ ਪੈਂਦੇ ਨੇ, ਉਸ ਤੋਂ ਬਾਅਦ ਉਸਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਕੈਂਪ ਦੀ ਤੁਸੀਂ ਗੱਲ ਕੀਤੀ, ਕੈਂਪ ਕਿਵੇਂ ਲਗਾਉਂਦੇ ਹੋ, ਕਿੰਨੇ ਕੁ ਕੈਂਪ ਤੁਸੀਂ ਲਗਾ ਚੁੱਕੇ ਹੋ, ਕਿੰਨੇ ਕੁ ਮਰੀਜ਼ਾਂ ਦੀ ਸੇਵਾ ਕਰ ਚੁੱਕੇ ਹੋ? 42-45 ਕੈਂਪ ਅਸੀਂ ਲਗਾ ਚੁੱਕੇ ਹਾਂ ਜੀ, ਰਾਮਪਾਲ ਝਾਂਡੇ, ਵੱਡੇ ਵੱਡੇ ਗੁਰਦੁਆਰਾ ਸਾਹਿਬ 'ਚ, ਆਮ ਅਸੀਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ, ਗੁਰੂ ਨਾਨਕ ਦਵਾਖਾਨਾ ਦਾ ਜਿਹੜਾ ਕੋਟ ਮੰਗਲ ਸਿੰਘ ਵੀ ਲਗਾ ਚੁੱਕੇ ਹਾਂ ਜੀ, ਹੋਰ ਕਈ ਜਗ੍ਹਾ 'ਤੇ ਵਿਪੈਂਤੀ ਇੱਧਰ ਰਕਵੇ ਵੀ ਲਗਾਇਆ ਜੀ, ਅਸੀਂ ਸਿਧਵਾ ਵੀ ਲਗਾਇਆ, ਸੁਧਾਰ ਵੀ ਲਗਾਇਆ ਵਾ, ਬਹੁਤ ਦੂਰ ਦੂਰ ਜਾ ਕੇ ਅਸੀਂ। ਕਿਸੇ ਮਰੀਜ਼ ਨੇ ਇੱਥੇ ਅਤੇ ਕਿਹੜਾ ਸਥਾਨ ਹੈ? ਅਸੀਂ 10 ਵਜੇ ਤੋਂ ਲੈ ਕੇ 5 ਵਜੇ ਤੱਕ ਇੱਥੇ ਸੇਵਾ ਕਰੀਦੀ ਹੈ ਜੀ, ਅਤੇ 3511 MIG ਦੁਗਰੀ ਫੇਸ 2 ਦੇ ਵਿੱਚ ਤੁਸੀਂ ਆ ਸਕਦੇ ਹੋ ਜੀ। ਮੈਮ ਕੀ ਨਾਮ ਹੈ ਜੀ ਤੁਹਾਡਾ? ਜਸਪ੍ਰੀਤ ਕੌਰ। ਮੈਮ ਇੱਥੇ ਆਪਣਾ ਇਲਾਜ ਕਰਵਾਉਣ ਆਏ ਹੋ ਜਾਂ ਫਿਰ ਇੱਥੇ ਸੇਵਾ ਕਰ? ਨਹੀਂ, ਮੈਂ ਇਸ ਟਾਈਮ ਸੇਵਾ ਕਰ ਰਹੀ ਹਾਂ, ਇਲਾਜ ਕਰਵਾਉਣ ਆਈ ਸੀ ਅੱਜ ਤੋਂ 2-2.5 ਸਾਲ ਪਹਿਲਾਂ, ਅਤੇ ਹੁਣ ਮੈਂ ਸੇਵਾ ਦੇ ਰੂਪ 'ਚ ਕਰ ਰਹੀ ਹਾਂ ਇੱਥੇ ਕੰਮ। ਮੈਨੂੰ ਸਰਵਾਈਕਲ ਹੋ ਗਈ ਸੀ, ਮੈਂ 2-3 ਡਾਕਟਰਸ ਨੂੰ ਦਿਖਾਇਆ ਅਤੇ ਸਪੈਸ਼ਲਿਸਟ ਨੂੰ ਵੀ ਦਿਖਾਇਆ, ਅਤੇ ਉਹਨਾਂ ਨੇ ਕਿਹਾ ਕਿ ਸਰਵਾਈਕਲ ਬਹੁਤ ਜ਼ਿਆਦਾ ਹੋ ਗਈ ਹੈ, ਅਤੇ ਉਹਦੇ ਨਾਲ ਕੀ ਹੋਇਆ ਮੇਰੀ ਨੈਕ ਜਾਮ ਹੋ ਗਈ ਸੀ ਔਰ ਮੈਨੂੰ ਕਾਲਰ ਲੱਗਾ ਹੋਇਆ ਸੀ। ਫਿਰ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਇੱਥੇ ਜਾ ਕੇ ਆਓ। 4th ਮੈਂ ਇਲਾਜ ਕਰਾਇਆ ਸੀ, ਮੈਂ ਫਿਜ਼ੀਓਥੈਰੇਪੀ ਕਰਾਈ,
ਫਿਰ ਮੈਂ ਜਦੋਂ ਮੈਨੂੰ ਕਿਸੇ ਨੇ ਕਿਹਾ ਕਿ ਇੱਥੇ ਜਾ ਕੇ ਆਓ, ਮੈਂ ਕਿਹਾ ਨਹੀਂ ਹੁਣ ਨਹੀਂ ਜਾਣਾ, ਹੁਣ ਮੈਂ ਥੱਕ ਗਈ, ਕਿਉਂਕਿ ਮੈਂ ਅੱਜ ਵੀ ਮੇਰੇ ਕੋਲ ਮੈਡੀਸਨ ਦਾ ਲਿਫਾਫਾ ਭਰਿਆ ਪਿਆ, ਮੈਂ ਸੁੱਟਿਆ ਨਹੀਂ, ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਸਿਰਫ ਦਵਾਈਆਂ ਦੇ ਨਾਲ ਨਹੀਂ ਠੀਕ ਹੋ ਸਕਦੇ, ਅਸੀਂ ਵੈਸੇ ਵੀ ਇਲਾਜ ਨਾਲ ਠੀਕ ਹੋ ਸਕਦੇ ਹਾਂ। ਫਿਰ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਉਣ ਤੋਂ ਪਹਿਲਾਂ ਮੈਂ 15-16 ਦਿਨ ਚੱਜ ਨਾਲ ਸੋ ਕੇ ਨਹੀਂ ਦੇਖਿਆ, ਮੈਂ 3 ਪਿੱਲੋ ਰੱਖ ਕੇ ਬੈੱਡ ਦੀ ਢੋਅ 'ਤੇ 3 ਪਿੱਲੋ ਰੱਖ ਕੇ ਸਾਰੀ ਰਾਤ ਇੱਦਾਂ ਕਰਕੇ ਸੌਂਦੀ ਸੀ। ਫਿਰ ਮੇਰੇ ਘਰਦੇ ਵੀ ਪਰੇਸ਼ਾਨ ਹੁੰਦੇ ਸੀ ਕਿ ਜ਼ਿਆਦਾ ਹੀ ਪਰੇਸ਼ਾਨ ਹੈਗੀ, ਪਰ ਕੋਈ ਹੱਲ ਨਹੀਂ ਸੀ ਨਿਕਲ ਰਿਹਾ। ਜਿੰਨੀ ਦੇਰ ਦਵਾਈ ਖਾਂਦੀ ਸੀ ਠੀਕ ਆ, ਉਸ ਤੋਂ ਬਾਅਦ ਫਿਰ ਉਹੀ ਹਾਲ। ਫਿਰ ਇੱਥੇ ਮੈਨੂੰ ਕਿਸੇ ਨੇ ਜਦੋਂ ਦੱਸਿਆ ਤਾਂ ਮੈਂ ਚਲੋ ਕਹਿਣ 'ਤੇ ਆਈ, ਅਤੇ ਜਦੋਂ ਮੈਂ ਅੰਦਰ ਐਂਟਰ ਹੀ ਕੀਤਾ ਦੈਨ ਪੋਜ਼ੀਟਿਵ ਵਾਈਬਸ ਆਈਆਂ ਮੈਨੂੰ, ਅਤੇ ਫਿਰ ਵੀ ਮੈਂ ਕਿਹਾ, ਮੇਰੇ 3-4 ਜਣ ਵਾਕਫ ਬੈਠੇ ਹੋਏ ਸੀ, ਅਤੇ ਫਿਰ ਮੈਂ ਆਪਣੇ ਵੱਲ ਦੇਖ ਕੇ ਕਿਹਾ, ਜਸਪ੍ਰੀਤ ਆਲ ਇਜ਼ ਵੈਲ, ਗੁਰੂ ਸਾਹਿਬ ਦਾ ਨਾਮ ਲਿਆ ਕਿ ਨਹੀਂ ਹੁਣ ਠੀਕ ਹੈ, ਤੂੰ ਸਹੀ ਜਗ੍ਹਾ ਪਹੁੰਚੀ ਹੈ। ਫਿਰ ਮੈਂ ਲਗਾਤਾਰ ਇੱਥੇ ਮੈਂ 15 ਦਿਨ ਆਈ ਹਾਂ, ਇਲਾਜ ਕਰਵਾਇਆ, ਪਰ ਮੈਂ ਦੂਸਰੇ ਤੀਸਰੇ ਦਿਨ ਕਹਿਤਾ ਕਿ ਮੈਂ ਨਹੀਂ ਆਉਣਾ, ਮੇਰੇ ਬਹੁਤ ਦਰਦ ਹੋ ਰਹੀ ਹੈ। ਤਾਂ ਅੱਗੋਂ ਮੈਨੂੰ ਇੱਕੋ ਹੀ ਜਵਾਬ ਮਿਲਿਆ ਸੀ, ਸਵਾਲ ਪੁੱਛਿਆ ਸੀ ਇਹਨਾਂ ਨੇ ਕਿ ਤੂੰ ਠੀਕ ਹੋਣਾ, ਕੱਲ੍ਹ ਕੋਲਰ ਨਹੀਂ ਲਾ ਕੇ ਆਉਣਾ। ਮੈਨੂੰ ਤੀਸਰੇ ਦਿਨ ਇਹਨਾਂ ਨੇ ਕਹਿ ਦਿੱਤਾ ਸੀ ਕੋਲਰ ਨਹੀਂ ਲਗਾ ਕੇ ਆਉਣਾ, ਜਦਕਿ ਮੈਂ ਕੋਲਰ ਲਗਾਉਂਦੀ ਸੀ, ਅਤੇ ਫਿਰ ਮੈਂ ਕਿਹਾ ਕੋਲਰ ਨਹੀਂ ਲਾ ਕੇ ਆਉਣਾ ਮੈਂ, ਤਾਂ ਡਾਕਟਰ ਨੇ ਕਿਹਾ ਉਤਰਨਾ ਨਹੀਂ, ਕਹਿੰਦੇ ਤੂੰ ਠੀਕ ਹੈਗੀ ਹੈ ਕੋਈ ਗੱਲ ਨਹੀਂ, ਪਰ ਤੂੰ ਆਉਣਾ ਲਗਾਤਾਰ ਹੈ। ਬਟ ਉਹ ਦਿਨ ਹੈ ਕਿ ਮੈਂ 15 ਦਿਨ ਲਗਾਤਾਰ ਆਈ ਹਾਂ, ਸਿਵਾਏ ਸੰਡੇ ਤੋਂ ਮੈਂ ਕੋਈ ਛੁੱਟੀ ਨਹੀਂ ਕੀਤੀ। ਔਰ ਮੈਂ 15ਵੇਂ ਇੱਦਾਂ ਦਿਨ ਇੱਦਾਂ ਸੀ, ਮੈਂ ਇਹਨਾਂ ਨੂੰ ਪੁੱਛਿਆ ਹੁਣ ਮੈਨੂੰ ਆਉਣ ਦੀ ਲੋੜ ਹੈ, ਅਤੇ ਇਹ ਮੈਨੂੰ ਕਹਿੰਦੇ ਸੀ ਕਿ ਤੈਨੂੰ ਲੱਗਦਾ, ਮੈਂ ਕਿਹਾ ਨਹੀਂ, ਅਤੇ ਕਹਿੰਦੇ ਫਿਰ ਤੂੰ ਠੀਕ ਹੈ ਜਾ, ਹੁਣ ਤੂੰ ਠੀਕ ਹੈਗੀ ਹੈ। ਫਿਰ 1 ਮਹੀਨੇ ਬਾਅਦ ਮੇਰਾ ਮਨ ਚੇਂਜ ਹੋਇਆ, ਮੈਂ ਜੋਬ ਕਰਦੀ ਸੀ ਪਹਿਲੇ ਬੈਂਕ ਦੇ ਵਿੱਚ, ਅਤੇ ਮੇਰਾ ਮਨ ਚੇਂਜ ਹੋਇਆ, ਜਾ ਮੈਂ ਜੋਬ ਲਈ ਰਹੀ ਸੀ ਰਿਜ਼ਿਊਮੇ ਦੇਣ ਦੁਬਾਰਾ ਤੋਂ, ਅਤੇ ਅੱਧ ਰਸਤੇ ਵਿੱਚ ਮੈਂ ਕਿਹਾ ਨਹੀਂ, ਮੈਂ ਗੁਰਦੁਆਰੇ ਅਰਦਾਸ ਕੀਤੀ ਸੀ, ਨਹੀਂ ਮੈਂ ਵਾਪਿਸ ਮੈਂ ਪਹਿਲਾਂ ਕਾਲ ਕਰਾਂਗੀ। ਫਿਰ ਮੈਂ ਇੱਥੇ ਫੋਨ 'ਤੇ ਖੜ੍ਹ ਕੇ ਫੋਨ ਕੀਤਾ ਰਸਤੇ 'ਚ, ਮੈਂ ਕਿਹਾ ਵੀਰ ਜੀ ਮੈਂ ਸਿੱਖਣਾ ਚਾਹੁੰਦੀ ਹਾਂ, ਕਹਿੰਦੇ ਕਿਉਂ, ਕਿ ਮੈਂ ਕਿਹਾ ਕਿਉਂਕਿ ਇੱਥੇ ਆਉਣ ਤੋਂ ਪਹਿਲਾਂ ਮੈਂ ਗੁਰਦੁਆਰੇ ਅਰਦਾਸ ਕਰਕੇ ਆਈ ਸੀ ਕਿ ਜੇ ਮੈਂ ਠੀਕ ਹੋ ਗਈ ਦੈਨ ਮੈਨੂੰ ਗੁਰੂ ਸਾਹਿਬ ਜਿੰਨੀ ਸੇਵਾ ਲੈ ਸਕਦੇ ਲੈ ਲੈਣ। ਫਿਰ ਇਸ ਕਰਕੇ ਮੈਂ ਉਹਨਾਂ ਨੂੰ ਪੁੱਛਿਆ ਇੱਥੇ ਮਿਲਣ ਆਈ, ਅਤੇ ਇਹਨਾਂ ਨੇ ਕਿਹਾ ਕੋਈ ਆਉਂਦਾ ਨਹੀਂ ਹੈ ਸਿੱਖਣ, ਮੈਂ ਕਿ ਮੈਂ ਆਊਂਗੀ। ਫਿਰ ਮੈਂ ਉਦੋਂ ਦੀ ਇੱਥੇ ਹੀ ਹਾਂ ਅਜੇ ਤੱਕ। ਕਈ ਵਾਰ ਅਸੀਂ ਦੇਖਦੇ ਹਾਂ ਕਿ ਮਰੀਜ਼ਾਂ ਨੂੰ ਸਰਵਾਈਕਲ ਦਾ ਇਲਾਜ ਕਰਵਾਉਣ ਤੋਂ ਬਾਅਦ ਵੀ ਜਿਹੜੀ ਹੈ ਸਰਵਾਈਕਲ ਦੀ ਦਿੱਕਤ ਆ ਜਾਂਦੀ ਹੈ, ਕਿ ਤੁਹਾਨੂੰ ਜਦੋਂ ਤੁਸੀਂ 15 ਦਿਨ ਇਲਾਜ ਕਰਵਾਇਆ ਉਸ ਤੋਂ ਬਾਅਦ ਕਦੀ ਇੱਦਾਂ ਦੀ ਦਿੱਕਤ ਆਈ? ਹਾਂ ਮੈਨੂੰ ਦਿੱਕਤ ਆਈ ਹੈ, ਜਿਵੇਂ ਮੈਂ ਠੀਕ ਹੋਈ ਹਾਂ ਉਸ ਤੋਂ ਬਾਅਦ ਮਹੀਨੇ ਡੇਢ ਮਹੀਨੇ ਬਾਅਦ 2-3 ਦਿਨ ਦਰਦ ਹੋਈ ਹੈ, ਫਿਰ ਕਰਵਾਇਆ, ਪਰ ਉਸ ਤੋਂ ਬਾਅਦ ਕਰ 2-3 ਮਹੀਨੇ 2 ਮਹੀਨੇ ਬਾਅਦ, ਪਰ ਉਹ ਦਿਨ ਹੈ ਆ ਦਿਨ ਹੈ ਅੱਜ ਮੈਂ ਬਿਲਕੁਲ ਠੀਕ ਹਾਂ, ਮੈਨੂੰ ਉਸ ਤੋਂ ਬਾਅਦ ਲੋੜ ਨਹੀਂ ਪਈ, ਕਿਉਂਕਿ ਸਾਡਾ ਲਾਈਫ ਸਟਾਈਲ ਇੱਦਾਂ ਦਾ ਹੋ ਗਿਆ, ਕਿਉਂਕਿ ਅਸੀਂ ਨਾ ਤਾਂ ਮੋਬਾਈਲ ਛੱਡ ਸਕਦੇ ਹਾਂ ਸਾਰਾ ਦਿਨ ਮੋਬਾਈਲ ਇੱਦਾਂ, ਨਹੀਂ ਵੀ ਕੋਈ ਕੰਮ ਅਸੀਂ ਰੀਲਾਂ ਅੱਗੇ ਪਿੱਛੇ ਕਰੀ ਜਾਂਦੇ ਹਾਂ, ਕੰਮ ਨਹੀਂ ਹੈ ਤਾਂ ਵੀ ਲੱਗੇ ਹੋਏ ਹਾਂ, ਠੀਕ ਹੈ। ਦੈਨ ਸੈਕਿੰਡ ਥਿੰਗ ਇਜ਼ ਸਾਡਾ ਸਾਰਾ ਜਿਹੜਾ ਲਾਈਫ ਸਟਾਈਲ ਫਾਸਟ ਫੂਡ ਵਾਲਾ ਹੋ ਗਿਆ, ਖਾਣ ਪੀਣ ਦਾ ਕੋਈ ਸਿਸਟਮ ਨਹੀਂ ਰਹਿ ਗਿਆ, ਉਹ ਸਾਰੀਆਂ ਚੀਜ਼ਾਂ ਸਰਵਾਈਕਲ ਨੂੰ ਜਨਮ ਦਿੰਦੀਆਂ, ਹੈ ਨਾ, ਜਾਂ ਕਹਿ ਲਓ ਥੋੜ੍ਹੀ ਥੋੜ੍ਹੀ ਹੁੰਦੀ ਹੈ ਜਦੋਂ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਹੁਣ ਮੈਂ ਵੀ ਕਰਦੀ ਹਾਂ ਤਾਂ ਮੈਂ ਦੇਖਦੀ ਹਾਂ ਜ਼ਿਆਦਾਤਰ ਕਿਸੇ ਦੀ ਨੈਕ ਬਲੌਕ ਹੈ, ਕਿਸੇ ਦੀ ਬਾਂਹ ਵਿੱਚ ਆ ਜਾਂਦੀ ਸਰਵਾਈਕਲ, ਕਿਸੇ ਦੀ ਬੈਕ 'ਤੇ ਚਲੀ ਜਾਂਦੀ, ਦੈਨ ਕਹਿ ਸਕਦੇ ਹੋ ਕਿ ਲਾਈਫ ਸਟਾਈਲ ਸਾਡਾ ਇੱਦਾਂ ਦਾ ਹੋ ਗਿਆ, ਅਸੀਂ ਮੋਬਾਈਲ ਨਹੀਂ ਛੱਡਦੇ। ਸੋ ਸਾਡੇ ਨਾਲ ਇੱਥੇ ਲੋਕ ਵੀ ਮੌਜੂਦ ਨੇ ਜੋ ਆਪਣਾ ਇਲਾਜ ਕਰਵਾਉਣ ਲਈ ਆਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਅੰਕਲ ਜੀ ਕੀ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਜੀ ਮੇਜਰ ਹਰਬੰਸ ਲਾਲ ਹੈ ਜੀ, ਮੈਂ ਆਰਮੀ ਅਫਸਰ ਹਾਂ। ਮੇਰੇ ਗੋਡਿਆਂ 'ਚ ਦਰਦ ਰਹਿੰਦਾ ਸੀ ਅਤੇ ਮੈਂ ਬੜਾ ਪਰੇਸ਼ਾਨ ਸੀ। ਹਕੀਮ ਜੀ ਸਾਹਿਬ ਨੇ ਇੱਥੇ ਕਲੀਨਿਕ ਆਪਣਾ ਖੋਲ੍ਹਿਆ ਅਤੇ ਮੈਨੂੰ ਸ਼ੌਕ ਸੀ, ਮੈਂ ਇਹਨਾਂ ਕੋਲ ਆਇਆ, ਮੈਂ ਕਿਹਾ ਮੇਰੇ ਗੋਡੇ ਠੀਕ ਕਰ ਦਿਓ। ਇਹਨਾਂ ਨੇ ਬੜੀ ਮਿਹਨਤ ਨਾਲ ਮਾਲਿਸ਼ ਕਰਕੇ, ਮਸਾਜ ਕਰਕੇ, ਅਤੇ ਦੂਜਾ ਕੀ ਕਹਿੰਦੇ ਨੇ ਇਹ ਉਹ ਕੀ ਕਹਿੰਦੇ ਨੇ ਅਕੂਪ੍ਰੈਸ਼ਰ ਕਰਕੇ ਇਹਨਾਂ ਨੇ ਮੇਰੇ ਗੋਡੇ ਥੋੜ੍ਹੇ ਜਿਹੇ ਠੀਕ ਕੀਤੇ, ਪਰ ਮੈਨੂੰ ਫਿਰ ਵੀ ਦਰਦ ਰਹਿੰਦਾ ਸੀ।
ਮੈਂ ਦੋਨੋਂ ਗੋਡੇ ਬਦਲੀ ਕਰਵਾ ਲਏ, ਫੋਟਸ ਹਸਪਤਾਲ 'ਚ ਕਰਵਾਏ, ਡਾਕਟਰ ਮਹਾਜਨ ਨੇ ਕੀਤਾ, ਪਰ ਫਿਰ ਵੀ ਮੈਨੂੰ ਦਰਦ ਜਿਹੜਾ ਸੀ ਰਹਿ ਰਿਹਾ ਸੀ। ਲੈਫਟ ਵਾਲਾ ਗੋਡਾ ਮੇਰਾ ਖਰਾਬ ਹੋ ਗਿਆ, ਸੱਜੇ ਵਾਲਾ ਗੋਡਾ ਜਿਹੜਾ ਸੀ ਠੀਕ ਸੀ। ਮੈਂ ਹਕੀਮ ਸਾਹਿਬ ਕੋਲ ਆਇਆ, ਇਹਨਾਂ ਨੇ ਮੇਰੀ ਫਿਰ ਮਾਲਿਸ਼ ਕੀਤੀ, ਇਹਨਾਂ ਨੇ ਉਹ ਕੀ ਕਹਿੰਦੇ ਅਕੂਪ੍ਰੈਸ਼ਰ ਕੀਤਾ, ਜਿਹਦੇ ਨਾਲ ਮੈਨੂੰ ਕਾਫੀ ਆਰਾਮ ਮਿਲਿਆ। ਮੈਂ ਅਜੇ ਵੀ, ਮੇਰਾ ਘਰ ਸਾਹਮਣੇ ਹੈਗਾ, ਮੈਂ ਇਹਨਾਂ ਕੋਲ ਕਦੇ ਨਾ ਕਦੇ ਜ਼ਰੂਰ ਆਉਂਦਾ ਵਾਂ, ਔਰ ਇਹ ਮੇਰੀ ਬੜੀ ਮਦਦ ਕਰਦੇ ਨੇ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ, ਪਰਮਾਤਮਾ ਲੋਕਾਂ ਦੀ ਸੇਵਾ ਕਰਦੇ ਰਹਿਣ। ਬਹੁਤ ਅੱਛਾ ਜੀ। ਜਦੋਂ ਤੁਸੀਂ ਡਾਕਟਰਾਂ ਤੋਂ ਇਲਾਜ ਕਰਵਾਇਆ ਤਾਂ ਵੀ ਫਰਕ ਨਹੀਂ ਪਿਆ? ਡਾਕਟਰਾਂ ਨੇ ਇਲਾਜ ਕਰਾ ਕੇ ਮੇਰਾ ਗੋਡੇ ਦੇ ਗੋਡੇ ਦੀ 4 ਓਪਰੇਸ਼ਨ ਹੋਏ ਨੇ ਜੀ। ਮੇਰਾ ਗੋਡਾ ਖਰਾਬ ਕਰਤਾ, ਇਨਫੈਕਸ਼ਨ ਆ ਗਿਆ ਸੀ। ਇਨਫੈਕਸ਼ਨ ਆਉਣ ਕਰਕੇ ਉਹਨਾਂ ਨੇ ਪਹਿਲੇ ਫਿਰ ਇਹਦੀ ਸਫਾਈ ਕੀਤੀ, ਫਿਰ ਵੀ ਇਨਫੈਕਸ਼ਨ ਆਇਆ, ਕਿਉਂਕਿ ਜਿਹੜਾ ਇਨਫੈਕਸ਼ਨ ਸੀ ਉਹ ਗੋਡੇ ਦੇ ਪਿੱਛੇ ਬੈਕ ਸਾਈਡ 'ਤੇ ਲੱਗ ਗਿਆ ਸੀ। ਫਿਰ ਉਹ ਕਹਿਣ ਲੱਗੇ ਕਿ ਤੁਹਾਨੂੰ 2 ਓਪਰੇਸ਼ਨ ਹੋਰ ਹੋਣਗੇ, ਇੱਕ ਟੈਂਪਰੇਰੀ ਓਪਰੇਸ਼ਨ ਹੋਏਗਾ, ਇੱਕ ਪੱਕਾ ਓਪਰੇਸ਼ਨ ਹੋਏਗਾ। ਮੈਨੂੰ ਵਿਸ਼ਵਾਸ ਨਹੀਂ ਆਇਆ। ਮੈਂ ਸਿਟੀ ਦੇ ਵਿੱਚ ਹੋਰ 2-3 ਡਾਕਟਰਾਂ ਨੂੰ ਪੁੱਛਿਆ, ਇਹਨਾਂ ਨੂੰ ਪੁੱਛਿਆ, ਇਹਨਾਂ ਨੇ ਕਿਹਾ 2 ਓਪਰੇਸ਼ਨ ਹੋਰ ਹੋਣਗੇ। ਉਹਨਾਂ ਨੇ ਇੱਕ ਟੈਂਪਰੇਰੀ ਕੀ ਕਹਿੰਦੇ ਨੇ ਸੀਮਿੰਟ ਦਾ ਇਹਦੇ ਅੰਦਰ ਗੋਡਾ ਪਾਇਆ। ਉਹਦੇ ਨਾਲ ਮੈਂ ਬੜਾ ਤੰਗ ਰਿਹਾ ਜੀ, ਬਹੁਤ ਤੰਗ ਰਿਹਾ, ਇੰਨਾ ਤੰਗ ਰਿਹਾ ਕਿ ਮੈਂ ਲੈਟਰਿਨ ਔਰ ਯੂਰਨ ਵੀ 4 ਪਾਈ 'ਤੇ ਕਰਦਾ ਸੀ। 6 ਹਫ਼ਤੇ ਦਾ ਸੀ ਉਹ। 6 ਹਫ਼ਤੇ ਤੋਂ ਬਾਅਦ ਉਹਨਾਂ ਨੇ ਫਿਰ ਕੀ ਕੀਤਾ, ਮੈਨੂੰ ਉਹਨਾਂ ਨੇ ਮੋਹਾਲੀ ਤੋਂ ਉਧਾਰਾ ਲੈ ਕੇ ਪੂਰਾ ਗੋਡਾ ਮੇਰਾ ਬਦਲੀ ਕੀਤਾ ਜੀ। ਹੁਣ ਮੈਂ ਆਰਾਮ ਆਇਆ। ਮੈਂ ਡਾਕਟਰ ਸਾਹਿਬ ਕੋਲ ਹਮੇਸ਼ਾ ਆਉਂਦਾ ਵਾਂ, ਹੁਣ ਵੀ ਆਉਂਦਾ ਵਾਂ, ਅੱਜ ਵੀ ਆਇਆ ਵਾਂ। ਇਹਨਾਂ ਨੇ ਮਾਲਿਸ਼ ਕੀਤੀ, ਜਿਹਦੇ ਨਾਲ ਮੈਨੂੰ ਬੜਾ ਰਿਲੀਫ ਮਿਲਦਾ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਥੈਂਕ ਯੂ ਜੀ। ਬਿਲਕੁਲ, ਲੋਕਾਂ ਨੂੰ ਕਾਫੀ ਆਰਾਮ ਮਿਲ ਰਿਹਾ ਇੱਥੇ ਆਉਣ ਦੇ ਨਾਲ। ਗੁਰੂ ਨਾਨਕ ਦਵਾਖਾਨਾ ਹੈ ਅਤੇ ਐਡਰੈਸ ਹੈਗਾ ਜੀ 3511 MIG ਫਲੈਟਸ, ਡੁਗਰੀ, ਲੁਧਿਆਣਾ ਦੇ ਵਿੱਚ। ਜੇਕਰ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਇੱਥੇ ਆ ਕੇ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ। ਕੁਝ ਦਵਾਈਆਂ ਫ੍ਰੀ ਵੀ ਦਿੱਤੀਆਂ ਜਾਂਦੀਆਂ ਨੇ, ਪੁਆਇੰਟ ਮਸਾਜ ਕੀਤੀ ਜਾਂਦੀ ਹੈ। ਸੋ ਤੁਸੀਂ ਵੀ ਜੇਕਰ ਤੁਹਾਡੇ ਕਿਸੇ ਸਗੇ ਸੰਬੰਧੀ ਨੂੰ ਜਾਂ ਰਿਸ਼ਤੇਦਾਰ ਨੂੰ ਕਿਸੇ ਨੂੰ ਤਕਲੀਫ ਹੈ ਤਾਂ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਉ, ਤਾਂ ਕਿ ਉਹਨਾਂ ਨੂੰ ਜਿਹੜੀ ਰਾਹਤ ਮਿਲ ਸਕੇ, ਇੱਥੇ ਆ ਕੇ ਆਪਣਾ ਇਲਾਜ ਕਰਵਾ ਸਕਣ। ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦਾ ਸਮਾਂ ਨਿਊਜ਼ ਲੁਧਿਆਣਾ।